ਅੱਛਾ ਇੱਕ ਬਾਦਸ਼ਾਹ ਜਾਣ ਡਿਆ ਸੀ ਤੋਂ ਉਹਨੇ ਵੇਖਿਆ ਤੇ ਇੱਕ ਖਮਿਆਰ ਨਾ ਖੋਤੇ ਚਾਰਨ ਡਿਆ ਉਹਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਵੀ ਇਹਦੇ ਨਾਲ ਘੜੀ ਸ਼ੁਕਰ ਲਾਈਏ ਦਾ ਇੱਕ ਖੋਤਾ ਲਗਾ ਲੋ ਉਹਨੇ ਇੱਕ ਖੋਤਾ ਲਗਾ ਲਿਆ ਉਹ ਰੋਲਾ ਪਉਣ ਲੱਪਿਆ ਮੇਰਾ ਖੋਤਾ ਗਵਾਜ ਗਿਆ ਖੋਤਾ ਗਵਾਜ ਗਿਆ ਉਹਨੂੰ ਪਤਾ ਲੱਗਾ ਵੀ ਇੱਥੇ ਬਾਦਸ਼ਾਹ ਸਲਾਮਤ ਆਏ ਨੇ ਉਹਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਬਾਦਸ਼ਾਹ ਮੇਰਾ ਖੋਤਾ ਗਵਾਜ ਗਿਆ ਉਹਨੇ ਕਿ ਯਾਰ ਇਹਨੂੰ ਪੰਜ ਘੋੜੇ ਦੇ ਦੋ ਉਹਨੇ ਕਿ ਬਾਦਸ਼ਾਹ ਸਲਾਮਤ ਪਰ ਮੇਰਾ ਖੋਤਾ ਉਨੇ ਕਹਿਆ ਇਹਨ 15 ਵੀ ਘੋੜੇ ਹੋਰ ਦੇਓ ਉਹਨੇ ਕਹਾ ਪਰ ਬਾਦਸ਼ਾਹ ਸਲਾਮਤ ਮੇਰਾ ਖੋਤਾ ਬਾਦਸ਼ਾਹ ਨੇ ਕਹਾ ਇਹਨੂੰ ਨਾ ਜ਼ਗੀਰ ਦੇ ਦੋ ਇੱਕ ਵੱਡੀ ਸਾਰੀ ਉਹਨੇ ਕਹਾ ਬਾਦਸ਼ਾਹ ਪਰ ਮੇਰਾ ਖੋਤਾ ਉਹਨੇ ਕਹਾ ਯਾਰ ਇਹਨੂੰ ਨਾ ਤੁਸੀਂ ਇੰਜ ਕਰੋ ਅੱਧੀ ਬਾਦਸ਼ਾਹੀ ਦੇ ਦੋ ਉਹਨੇ ਕਹਾ ਬਾਦਸ਼ਾਹ ਪਰ ਮੇਰਾ ਖੋਤਾ ਇਹ ਹੀ ਹਾਲ ਆ ਜਬ ਸਾਰ ਆਲਮ ਦਾ ਕਾਲਮ ਲਿਖਿਆ ਉਹਨੇ ਕਿ ਮੇਰਾ ਬੇਟਾ ਪੀਐਸਐਲ ਮੈਚ ਵੇਖਣ ਗਿਆ ਤੇ ਉੱਥੇ ਬਾਜਵਾ ਤੇ ਆਪਣੀ ਫੈਮਿਲੀ ਨਾਲ ਮੈਚ ਵੇਖਣ ਆਉਣਾ ਸੀ ਤੇ ਮੇਰਾ ਬੇਟਾ ਫੋਨ ਕਰਨ ਦਿਆ ਸੀ ਤੇ ਉਹਨੂੰ ਫੜ ਲਿਆ ਤੇ ਬੜਾ ਮਾਰਿਆ ਮਾਰਿਆ ਬਾਜਵੇ ਨੇ تنਕੀਦ ਫੇਰ ইমরান ਖਾਨ ਤੇ ਤੇਰੇ ਆਸਤੇ ਮਦੀਨਾ ਤੇ ਕਰ ਰਿਹਾ ਵਾ ਉਹ ਗੱਲ ਇਹਦਾ ਆਪਣੇ ਖੋਤਾ ਗਵਾਚਾ